ਉਹਦੇ ਮੈਂ ਸਿਰ ਤੇ ਮਾਰਾਂ ਤੇ ਤੁਸੀਂ ਵੀ ਉਹਦੇ ਸਿਰ ਤੇ ਮਾਰੋ ਸਾਲੇ ਕੰਜਰ ਦੇ ਜਿਹੜਾ ਤੁਹਾਨੂੰ ਕਹਿੰਦਾ ਕਿ ਮੈਂ ਗ੍ਰੀਸ ਜਾ ਕੇ ਮੇਰੀ ਸੈਟਿੰਗ ਹੈਗੀ ਹੈ ਤੇ ਮੈਂ ਉੱਥੇ ਜਾ ਕੇ ਤੁਹਾਡਾ ਵਰਕ ਵੀਜ਼ਾ ਅਪਲਾਈ ਕਰ ਦੂੰਗਾ ਵਾਇਆ ਦੁਬਈ ਤੇ ਵਾਇਆ ਸਰਬੀਆ ਹੋ ਕੇ ਜੁੱਤੀ ਲਾ ਕੇ ਮਾਰਿਆ ਜਾਂਦੇ ਮੂੰਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਚੜ੍ਹਦੀਆਂ ਕਲਾਂ 'ਚ ਹੋਵੋਗੇ। ਤੁਸੀਂ ਵੀ ਗ੍ਰੀਸ ਬਾਰੇ ਸੋਚ ਰਹੇ ਹੋ, ਗ੍ਰੀਸ 'ਚ ਜਾਣਾ ਚਾਹੁੰਦੇ ਹੋ, ਡੰਕੀ ਲਗਾਉਣ ਬਾਰੇ ਸੋਚ ਰਹੇ ਹੋ, ਠੀਕ ਹੈ, ਕਿੰਨਾ ਕੁ ਵਧੀਆ ਹੈਗਾ ਗ੍ਰੀਸ ਦੇ ਵਿੱਚ ਅਗਰ ਤੁਸੀਂ ਡੰਕੀ ਲਗਾ ਕੇ ਆਉਂਦੇ ਹੋ ਤਾਂ ਫਿਊਚਰ ਤੁਸੀਂ ਵਧੀਆ ਬਣਾ ਸਕਦੇ ਹੋ। ਪੇਪਰ ਕਦੋਂ ਤੱਕ ਬਣਨਗੇ, ਕਿੰਨੇ ਕੁ ਪੈਸਾ ਤੁਸੀਂ ਕਮਾ ਸਕਦੇ ਹੋ, ਅਤੇ ਦੂਜੀ ਕੰਟਰੀਆਂ ਦੇ ਵਿੱਚ ਅਸੀਂ ਗ੍ਰੀਸ ਦੇ ਵਿੱਚ ਆ ਕੇ ਪੁਰਤਗਾਲ ਜਾ ਸਕਦੇ ਹਾਂ, ਇਟਲੀ ਜਾ ਸਕਦੇ ਹਾਂ, ਸਪੇਨ, ਜਰਮਨੀ, ਫਰਾਂਸ, ਕੋਈ ਹੋਰ ਸ਼ੈਂਜਨ ਕੰਟਰੀਆਂ ਦੇ ਵਿੱਚ ਕਿੰਨਾ ਕੁ ਸੌਖਾ ਰਸਤਾ ਹੈਗਾ ਅੱਗੇ ਜਾਣਾ, ਜਾਂ ਗ੍ਰੀਸ ਤੋਂ ਅਗਲੀਆਂ ਕੰਟਰੀਆਂ 'ਚ ਡੰਕੀ ਲਗਾਉਣਾ ਕਿੰਨਾ ਕੁ ਸੌਖਾ ਹੈਗਾ, ਕਿ ਏਜੰਟ ਜੋ ਸੱਚ ਤੁਹਾਨੂੰ ਬੋਲਦੇ ਆ ਉੱਥੇ ਇਹ ਸੱਚ ਹੁੰਦਾ ਜਾਂ ਝੂਠ ਹੁੰਦਾ, ਕਿਉਂਕਿ ਉਹਨਾਂ ਨੇ ਜੋ ਬੋਲਣਾ ਤੁਸੀਂ ਉਹਨਾਂ 'ਤੇ ਵਿਸ਼ਵਾਸ ਕਰ ਲੈਂਦੇ ਹੋ, ਕਿਉਂਕਿ ਤੁਸੀਂ ਇੰਡੀਆ ਪੰਜਾਬ 'ਚ ਬੈਠੇ ਹੋ ਤਾਂ ਤੁਹਾਨੂੰ ਲੱਗਦਾ ਕਿ ਸ਼ਾਇਦ ਬੜਾ ਸੌਖਾ ਤਰੀਕਾ ਹੋਏਗਾ। ਪੂਰੀ ਵੀਡੀਓ ਜ਼ਰੂਰ ਦੇਖ ਲਿਆ ਜੇ ਤਾਂ ਕਿ ਤੁਹਾਨੂੰ ਇੱਕ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਗ੍ਰੀਸ ਦੇ ਬਾਰੇ ਮਿਲ ਜਾਏ, ਕਿਉਂਕਿ ਮੈਂ ਆਲਰੇਡੀ ਗ੍ਰੀਸ 'ਚ ਬੈਠਾ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਹਮੇਸ਼ਾ ਦਿੰਦਾ ਰਹਿੰਦਾ ਜੀ। ਸੋ ਪਲੀਜ਼ ਵੀਡੀਓ ਨੂੰ ਪੂਰਾ ਦੇਖ ਲੈਣਾ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ। ਕਿਸੇ ਵੀ ਤਰ੍ਹਾਂ ਦੀ ਸਟੱਡੀ ਵੀਜ਼ਾ, ਵਰਕ ਵੀਜ਼ਾ ਅਤੇ ਟੂਰਿਸਟ ਵੀਜ਼ਾ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਜ਼ਰੂਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਇਹ ਚੈਨਲ ਮੇਰਾ ਸੈਕਿੰਡ ਹੈ ਜੀ, ਪਹਿਲਾ ਚੈਨਲ ਜਿਹੜਾ ਹੈਕ ਹੋ ਗਿਆ, ਕਿਉਂਕਿ ਇੱਕ ਚੰਗੀ ਇਨਫੋਰਮੇਸ਼ਨ ਤੁਹਾਨੂੰ ਆਪਾਂ ਦੱਸਦੇ ਹਾਂ ਹਮੇਸ਼ਾ, ਘਰ ਬਹਿ ਕੇ ਤੁਸੀਂ ਸ਼ੈਂਜਨ ਵੀਜ਼ਾ ਕਿਵੇਂ ਲਗਾ ਸਕਦੇ ਹੋ, ਫੋਰਮ ਕਿਵੇਂ ਭਰੀਦੇ ਹੈ, ਠੀਕ ਹੈ, ਟੂਰਿਸਟ ਵੀਜ਼ਾ ਕਿਵੇਂ ਲਈਦਾ, ਸਾਨੂੰ ਹਰੇਕ ਏ ਟੂ ਜੈਡ ਚੀਜ਼ ਆਪਾਂ ਸਿਖਾ ਦਈਦੀ ਹੈ। ਤਾਂ ਕਰਕੇ ਹੋ ਸਕਦਾ ਕਿ ਏਜੰਟਾਂ ਨੂੰ ਚੰਗਾ ਨਾ ਲੱਗਿਆ ਹੋਵੇ ਤਾਂ ਉਹਨਾਂ ਨੇ ਮੇਰਾ ਪਹਿਲਾ ਚੈਨਲ ਜਿਹੜਾ ਹੈਕ ਕਰਵਾਤਾ, ਉਹ ਬੰਦ ਹੋ ਗਿਆ। ਸੋ ਇਹ ਨਵਾਂ ਚੈਨਲ ਹੈ, ਬਟ ਇੱਕ ਜਿਹੜਾ ਹੁਨਰ ਹੈ ਉਹ ਮੇਰੇ ਕੋਲ ਹੈ, ਮੈਂ ਹੁਨਰ ਤੁਹਾਨੂੰ ਆਪਣਾ ਜਿਹੜਾ ਹਮੇਸ਼ਾ ਵੀਡੀਓਜ਼ ਆ ਹੀ ਪ੍ਰੋਵਾਈਡ ਕਰਦਾ ਰਹਿੰਦਾ। ਅਗਰ ਤੁਸੀਂ ਗ੍ਰੀਸ ਦੇ ਵਿੱਚ ਡੰਕੀ ਲਗਾ ਕੇ ਆ ਰਹੇ ਹੋ ਤਾਂ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਪੈਣਾ ਕਿ ਇੱਥੇ ਡੰਕੀ ਲਗਾ ਕੇ ਕੋਈ ਵੀ ਫਿਊਚਰ ਨਹੀਂ ਹੈਗਾ, ਅਤੇ ਬਹੁਤ ਹੀ ਘੱਟ ਚਾਂਸਿਸ ਹੁੰਦੇ ਨੇ ਤੁਹਾਨੂੰ ਆਉਂਦਿਆਂ ਨਾਲ ਹੀ ਜੋਬ ਮਿਲ ਜੇ। ਜਦੋਂ ਵੀ ਤੁਸੀਂ ਇੱਥੇ ਗ੍ਰੀਸ ਦੇ ਵਿੱਚ ਡੰਕੀ ਲਗਾ ਕੇ ਆਉਂਦੇ ਹੋ ਤੁਹਾਨੂੰ ਇੱਥੇ ਰਿਫਿਊਜੀ ਅਪਲਾਈ ਕਰਨੀ ਪੈਂਦੀ ਹੈ, ਮਤਲਬ ਕਿ ਅਸਾਈਲਮ ਲੈਣੀ ਪੈਂਦੀ ਹੈ। ਅਤੇ ਰਿਫਿਊਜੀ ਜਿਹੜੀ ਹੈਗੀ ਆ ਗ੍ਰੀਸ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ, ਹੁਣ ਆਪਾਂ ਗੱਲ ਕਰ ਰਹੇ ਹਾਂ ਜੁਲਾਈ ਮਹੀਨਾ ਸ਼ੁਰੂ ਹੋ ਗਿਆ, ਅਤੇ ਰਿਫਿਊਜੀ ਆ ਬਿਲਕੁਲ ਬੰਦ ਨੇ। ਜਿਹੜੇ ਵਕੀਲ ਬੈਠੇ ਆ, ਲੋਇਰ ਬੈਠੇ ਆ, ਉਹ 1500 ਕੋਈ 1700 ਕੋਈ 2000 ਯੂਰੋ ਲੈ ਕੇ ਤੁਹਾਨੂੰ ਰਿਫਿਊਜੀ ਲੈ ਕੇ ਦੇ ਰਿਹਾ ਜੀ। ਜਦੋਂ ਰਿਫਿਊਜੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੇ 3 ਪੇਪਰ ਬਣਦੇ ਨੇ, ਈਕਾ, ਐਮਕਾ, ਅਫੀਮੀ, ਮਤਲਬ ਕਿ ਤੁਹਾਡਾ ਮੈਡੀਕਲ ਹੋ ਗਿਆ, ਤੁਹਾਡਾ ਇੰਸ਼ੋਰੈਂਸ ਹੋ ਗਿਆ, ਤੁਹਾਡੇ ਟੈਕਸ ਪੇਪਰ ਹੋ ਗਏ, ਠੀਕ ਹੈ, ਇਹ 3 ਪੇਪਰ ਬਣਨਗੇ, ਫਿਰ ਤੁਸੀਂ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ, ਰਾਈਟ। ਬਟ ਜਦੋਂ ਤੁਸੀਂ ਰਿਫਿਊਜੀ ਲੈ ਕੇ ਆਉਂਦੇ, ਮਤਲਬ ਇੱਥੇ ਆਉਂਦੇ ਹੋ, ਰਿਫਿਊਜੀ ਲੈਣ ਵਾਸਤੇ ਇੰਨੇ ਪੈਸੇ ਨਹੀਂ ਹੁੰਦੇ, ਕਿਉਂਕਿ ਏਜੰਟ ਤੁਹਾਨੂੰ ਇੰਨੀ ਚੰਗੀ ਗਾਈਡੈਂਸ ਪ੍ਰੋਵਾਈਡ ਨਹੀਂ ਕਰਦੇ। ਉਹਨਾਂ ਦਾ ਮੋਟਿਵ ਹੁੰਦਾ ਕਿ ਪੈਸਾ ਲੈ ਲਓ ਤੁਹਾਡੇ ਤੋਂ, ਤੁਹਾਨੂੰ ਗ੍ਰੀਸ ਭੇਜ ਦਿਓ, ਜਿਵੇਂ ਮਰਜ਼ੀ ਤੁਸੀਂ ਉੱਥੇ ਧੱਕੇ ਖਾਓ, ਜੋ ਮਰਜ਼ੀ ਕਰੋ, ਠੀਕ ਹੈ, ਜਾਂ ਤੁਹਾਨੂੰ ਕਹਿ ਦੇਣਗੇ ਗ੍ਰੀਸ ਤੋਂ ਤੁਹਾਨੂੰ ਅਸੀਂ ਪੁਰਤਗਾਲ ਪਹੁੰਚਾ ਦਾਂਗੇ, ਜਰਮਨ ਪਹੁੰਚਾ ਦਾਂਗੇ, ਇਟਲੀ ਪਹੁੰਚਾ ਦਾਂਗੇ। ਇਹ ਦਰਅਸਲ ਸਾਰਾ ਕੁਝ ਝੂਠ ਹੈਗਾ। 100 ਦੇ ਵਿੱਚੋਂ ਵੱਧ ਤੋਂ ਵੱਧ 5% ਇੱਦਾਂ ਦੇ ਚਾਂਸ ਹੋਣਗੇ ਜਿਹੜੇ ਬੱਚੇ ਅੱਗੇ ਨਿਕਲਦੇ ਨੇ, 95% ਹਮੇਸ਼ਾ ਇੱਥੇ ਹੀ ਰਹਿੰਦੇ ਨੇ, ਅਤੇ 95% ਬੱਚਿਆਂ ਦੇ ਏਜੰਟ ਜਿਹੜੇ ਉਹਨਾਂ ਦਾ ਫੋਨ ਨੰਬਰ ਜਿਹੜਾ ਬਲੌਕ ਕਰ ਦਿੰਦੇ ਜਾਂ ਆਪਦੇ ਨੰਬਰ ਹੀ ਚੇਂਜ ਕਰ ਲੈਂਦੇ ਆ। ਇੱਥੇ ਆ ਕੇ ਤੁਹਾਨੂੰ ਕੋਈ ਕੰਮ ਨਹੀਂ ਮਿਲਦਾ, ਠੀਕ ਹੈ ਜੀ, ਜੇ ਅਗਰ ਪੇਪਰ ਨਹੀਂ ਹੈਗੇ ਤਾਂ ਬਹੁਤ ਧੱਕੇ ਪਕਾਈ ਹੈਗੀ ਹੈ। ਤਾਂ ਹਮੇਸ਼ਾ ਵੀਡੀਓ 'ਚ ਗਾਈਡੈਂਸ ਦਿੰਦਾ ਕਿ ਤੁਸੀਂ ਜਦੋਂ ਵੀ ਗ੍ਰੀਸ ਆਉਂਦੇ ਹੋ ਤਾਂ ਆਪਣੇ ਕੋਲ ਘੱਟੋ ਘੱਟ 2000 ਯੂਰੋ ਨਾਲ ਲੈ ਕੇ ਆਇਆ ਕਰੋ, ਜਾਂ ਆਪਣੇ ਫਰੈਂਡ ਸਰਕਲ ਕਿਸੇ ਨੂੰ ਕਹਿ ਦਿਓ ਕਿ ਹਾਂਜੀ ਤੇਰੇ ਘਰਦਿਆਂ ਨੂੰ ਅਸੀਂ ਪੈਸੇ ਦੇ ਦੇਣੇ, ਤੂੰ ਸਾਨੂੰ ਇੱਥੇ 2000 ਯੂਰੋ ਦੇ ਦੇ, ਠੀਕ ਹੈ, ਤੁਹਾਡਾ ਸਰਵਾਈਵ ਹੋ ਜੇ, ਤੁਸੀਂ ਇੱਥੇ ਪੇਪਰ ਬਣਾ ਲਓ ਆਪਦੇ ਵਕੀਲਾਂ ਨੂੰ ਦੇ ਕੇ, ਜਿਹੜੇ ਕਿ ਤੁਹਾਡੇ ਰਿਫਿਊਜੀ ਵਗੈਰਾ ਲੈ ਲਓ, ਠੀਕ ਹੈ। ਰਿਫਿਊਜੀ ਵੈਸੇ ਬਿਲਕੁਲ ਫ੍ਰੀ ਮਿਲਦੀ ਹੈ, ਬਟ ਉਹ ਬੰਦ ਹੈਗੀ ਹੈ, ਤਾਂ ਕਰਕੇ ਵਕੀਲ ਜਿਹੜੇ ਆ ਇਸ ਚੀਜ਼ ਦਾ ਫਾਇਦਾ ਚੱਕ ਰਹੇ ਨੇ, ਅਤੇ 1500 ਤੋਂ ਲੈ ਕੇ 2000 ਯੂਰੋ ਜਿਹੜਾ ਹੈ ਰੇਟ ਚੱਲੀ ਜਾ ਰਿਹਾ, ਠੀਕ ਹੈ। ਜੇ ਤੁਸੀਂ ਫ੍ਰੀ 'ਚ ਵਿੱਚ ਵੀ ਬਣਾਉਂਦੇ ਹੋ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ, 6-6 ਮਹੀਨੇ ਲੱਗ ਜਾਂਦੇ ਆ, ਕਿਉਂਕਿ ਸਕਾਈਪ 'ਤੇ ਕਾਲ ਕਰਨੀ ਪੈਂਦੀ ਹੈ, ਸਕਾਈਪ 'ਤੇ ਜਦੋਂ ਤੁਸੀਂ ਕਾਲ ਕਰਦੇ ਹੋ ਉਹ ਤੁਹਾਡੀ ਫੋਨ ਜਿਹੜਾ ਚੱਕਿਆ ਨਹੀਂ ਜਾਂਦਾ, ਕਿਉਂਕਿ ਬਹੁਤ ਹੀ ਬੱਚੇ ਜਿਹੜੇ ਹੈਗੇ ਆ ਰਿਫਿਊਜੀ ਸੈਂਟਰ 'ਤੇ ਕਾਲ ਕਰਦੇ ਰਹਿੰਦੇ ਆ, ਅਤੇ ਫੋਨ ਕਿਸੇ ਕਿਸੇ ਦਾ ਹੀ, ਕਿਸੇ ਕਿਸਮਤ ਵਾਲੇ ਦਾ ਹੀ ਫੋਨ ਚੱਕਿਆ ਜਾਂਦਾ, ਠੀਕ ਹੈ। ਜਦੋਂ ਤੁਹਾਡੇ ਪੇਪਰ ਬਣ ਜਾਣਗੇ ਦੈਨ ਤੁਸੀਂ ਫੈਕਟਰੀ ਦੇ ਵਿੱਚ, ਐਗਰੀਕਲਚਰ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ, ਜਾਂ ਕਿਤੇ ਵੀ ਜੋਬ ਅਗਰ ਤੁਹਾਡੇ ਕੋਲ ਚੰਗਾ ਹੁਨਰ ਹੈਗਾ ਤੁਸੀਂ ਉੱਥੇ ਜੋਬ ਕਰ ਸਕਦੇ ਹੋ, 750-800 ਯੂਰੋ ਤੁਸੀਂ ਮਹੀਨਾ ਕਮਾ ਲਓਗੇ, ਠੀਕ ਹੈ। ਜੇ ਪੇਪਰ ਨਹੀਂ ਹੈਗੇ ਤਾਂ ਲੁੱਕ ਛੁੱਪ ਕੇ ਐਗਰੀਕਲਚਰ ਦਾ ਵਰਕ ਵੀਜ਼ਾ ਕਰ ਲਓਗੇ, ਜੇ ਤੁਹਾਡਾ ਕੋਈ ਰਿਲੇਟਿਵਸ ਹੈਗਾ ਤਾਂ ਫੈਕਟਰੀ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਨੇ ਜੋਬ ਮਿਲਣ ਦੇ, ਜੇ ਕੋਈ ਲੁੱਕ ਛੁੱਪ ਕੇ ਮਿਲ ਜੇ ਤਾਂ ਮਿਲ ਜੇ, ਉਹ ਗੱਲ ਵੱਖਰੀ ਹੈ। ਬਿਨਾਂ ਪੇਪਰਾਂ ਤੋਂ ਕੋਈ ਵੀ ਲਾਈਫ ਨਹੀਂ ਹੈਗੀ, ਜ਼ਿੰਦਗੀ ਖਰਾਬ ਕਰੋਗੇ ਤੁਸੀਂ ਆਪਣੀ ਇੱਥੇ, ਰਾਈਟ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਏਜੰਟ ਕੀ ਕਹਿੰਦੇ ਆ ਤੁਹਾਨੂੰ। ਏਜੰਟ ਕਹਿ ਦਿੰਦੇ ਕਿ ਅਸੀਂ ਤੁਹਾਨੂੰ ਗ੍ਰੀਸ ਦਾ ਵਰਕ ਵੀਜ਼ਾ ਪ੍ਰੋਵਾਈਡ ਕਰ ਦਾਂਗੇ, ਠੀਕ ਹੈ ਜੀ, ਉੱਥੇ ਜਾ ਕੇ ਸਾਡੀ ਸੈਟਿੰਗ ਹੈਗੀ ਹੈ, ਸਭ ਕੁਝ ਹੋ ਜੂਗਾ। ਵਾਇਆ ਪਹਿਲਾਂ ਤੁਹਾਨੂੰ ਅਸੀਂ ਦੁਬਈ ਭੇਜਾਂਗੇ, ਫਿਰ ਸਰਬੀਆ ਭੇਜਾਂਗੇ, ਸਰਬੀਆ ਤੋਂ ਤੁਹਾਨੂੰ ਅਸੀਂ
ਤੁਸੀਂ ਗ੍ਰੀਸ ਦਾ ਵਰਕ ਵੀਜ਼ਾ ਲੈ ਕੇ ਆਉਂਦੇ ਹੋ ਤਾਂ ਇੰਡੀਆ ਤੋਂ ਹੀ ਤੁਹਾਨੂੰ ਟਾਈਪ ਡੀ ਵੀਜ਼ਾ ਮਿਲੇਗਾ। ਠੀਕ ਹੈ ਜੀ, ਇੰਡੀਆ ਤੋਂ ਟਾਈਪ ਡੀ ਵੀਜ਼ਾ ਲੈ ਕੇ ਤੁਸੀਂ ਡਾਇਰੈਕਟਲੀ ਗ੍ਰੀਸ ਦੇ ਵਿੱਚ ਆਓਗੇ ਅਤੇ ਆਪੇ ਆ ਕੇ ਇੱਥੇ ਕੰਮ ਕਰੋਗੇ। ਠੀਕ ਹੈ, ਉਹ ਟਾਈਪ ਡੀ ਵੀਜ਼ੇ 'ਤੇ ਤੁਸੀਂ ਦੂਜੇ ਦਿਨ ਹੀ ਤੀਜੇ ਦਿਨ ਹੀ ਤੁਸੀਂ ਜਿੱਥੇ ਮਰਜ਼ੀ ਸ਼ੈਂਜਨ ਜ਼ੋਨ ਦੇ ਵਿੱਚ ਚਲੇ ਜਾਓ, ਪੁਰਤਗਾਲ, ਸਪੇਨ, ਇਟਲੀ, ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਠੀਕ ਹੈ ਜੀ, ਇੱਥੇ ਆ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ, ਸਿੱਧਾ ਡਾਇਰੈਕਟ ਵੀਜ਼ਾ ਲੱਗਦਾ ਟਾਈਪ ਡੀ ਵੀਜ਼ਾ ਜੀ। ਕੋਈ ਵੀ ਇੱਦਾਂ ਦਾ ਏਜੰਟ ਨਹੀਂ ਹੈਗਾ ਜਿਹੜਾ ਤੁਹਾਨੂੰ ਵਾਇਆ ਸਰਬੀਆ ਦੁਬਈ ਆਪਣੇ ਵਾਇਆ ਸਰਬੀਆ ਦੁਬਈ ਆ ਕੇ ਤੁਹਾਨੂੰ ਗ੍ਰੀਸ ਪਹੁੰਚਾਵੇ ਅਤੇ ਇੱਥੇ ਆ ਕੇ ਤੁਹਾਡਾ ਗ੍ਰੀਸ ਵਰਕ ਵੀਜ਼ਾ ਪ੍ਰੋਵਾਈਡ ਕਰ ਦੇਵੇ। ਠੀਕ ਹੈ, ਤੁਹਾਨੂੰ ਅਪਲਾਈ ਮਿਲ ਜੇ, ਉਹਦੇ ਜੁੱਤੀ ਮਾਰਨਾ ਅਤੇ ਮੇਰਾ ਚੈਨਲ ਉਹਨੂੰ ਦੇ ਦੇਣਾ ਕਿ ਹਾਂ ਇਸ ਭਾਈ ਨੇ ਮਿਸਟਰ ਸਿੰਘ ਭਾਜੀ ਨੇ ਕਿਹਾ ਸੀ ਜੁੱਤੀ ਮਾਰਨ ਦੇ ਮੂੰਹ 'ਤੇ, ਕਿਉਂਕਿ ਝੂਠ ਬੋਲ ਰਿਹਾ। ਕੋਰੇ ਕਾਗਜ਼ 'ਤੇ ਮੈਂ ਲਿਖ ਕੇ ਦੇ ਦਾਂਗਾ ਕਿ ਇੱਦਾਂ ਦਾ ਕੁਛ ਨਹੀਂ ਹੁੰਦਾ, ਵਾਇਆ ਸਰਬੀਆ ਦੁਬਈ ਆ ਕੇ ਤੁਸੀਂ ਇੱਥੇ ਕੋਈ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ, ਰਿਫਿਊਜੀ ਲੈਣੀ ਪੈਂਦੀ ਹੈ। ਰਿਫਿਊਜੀ ਲੈ ਕੇ ਤੁਹਾਡਾ ਜਿਹੜਾ ਈਜ਼ੀ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਅਤੇ ਇੰਡੀਆ ਨਹੀਂ ਜਾ ਸਕਦੇ। 7 ਸਾਲ ਤੁਸੀਂ ਇੱਥੇ ਕੰਮ ਕਰੋਗੇ, ਕੰਮ ਕਰਨ ਤੋਂ ਬਾਅਦ ਤੁਸੀਂ ਇੱਥੇ ਆਪਣਾ ਵਰਕ ਵੀਜ਼ਾ ਜਿਹੜਾ ਆਪਣੇ ਅਪਲਾਈ ਕਰ ਸਕਦੇ ਹੋ, ਰੈਜ਼ਿਡੈਂਟ ਪਰਮਿਟ ਅਪਲਾਈ ਕਰ ਸਕਦੇ ਹੋ। ਅਤੇ ਗ੍ਰੀਸ ਆਉਣ ਦੇ ਬਹੁਤ ਵਧੀਆ ਵਧੀਆ ਰਾਹ ਹੈਗੇ ਨੇ, ਜਿਵੇਂ ਸਟੱਡੀ ਵੀਜ਼ਾ ਤੁਸੀਂ ਲੈ ਸਕਦੇ ਹੋ। ਠੀਕ ਹੈ, 6 ਕੁ ਲੱਖ ਰੁਪਏ ਦੇ ਵਿੱਚ ਤੁਹਾਡਾ ਸਟੱਡੀ ਵੀਜ਼ਾ ਇਸ਼ੂ ਮੈਂ ਹੋ ਜਾਂਦਾ ਜੀ ਗ੍ਰੀਸ ਦਾ। 2-3 ਸਾਲ ਦਾ ਗੈਪ ਹੈਗਾ, ਤੁਸੀਂ ਗ੍ਰੀਸ ਆਓ ਸਟੱਡੀ ਵੀਜ਼ੇ 'ਤੇ, ਅੱਗੇ ਪੁਰਤਗਾਲ ਚਲੇ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਠੀਕ ਹੈ, ਉਸ ਤੋਂ ਬਾਅਦ ਟਾਈਪ ਡੀ ਵੀਜ਼ਾ ਜਿਹੜਾ ਵਰਕ ਵੀਜ਼ਾ ਨਿਕਲਦੇ ਆ, ਵਰਕ ਵੀਜ਼ਾ ਵੀ ਇੰਡੀਆ ਦੇ ਵਿੱਚ 10 ਤੋਂ 12 ਲੱਖ ਰੁਪਈਆ ਦਾ ਰੇਟ ਚੱਲਦਾ, ਉਹ ਲੈ ਕੇ ਆਵੋ, ਉਹ ਜ਼ਿਆਦਾ ਵਧੀਆ ਹੈਗਾ। 750 ਤੁਹਾਡੀ ਸੈਲਰੀ ਹੁੰਦੀ ਹੈ, ਰਹਿਣਾ ਤੁਹਾਡਾ ਫ੍ਰੀ ਹੁੰਦਾ, ਖਾਣਾ ਤੁਹਾਡਾ ਫ੍ਰੀ ਮਿਲ ਜਾਂਦਾ, ਇੱਕ ਵਧੀਆ ਤੁਸੀਂ ਆਪਣੇ 2 ਕੁ ਸਾਲ 'ਚ ਪੈਸੇ ਲਾ ਲੈਂਦੇ ਹੋ। ਠੀਕ ਹੈ, ਅੱਗੇ ਜਾ ਕੇ ਤੁਹਾਡੇ ਪੈਸੇ ਸੇਵਿੰਗ ਹੀ ਹੈ ਸਾਰੀ। ਠੀਕ ਹੈ, ਗ੍ਰੀਸ ਦੇ ਵਿੱਚ 7 ਸਾਲ ਰਹਿ ਕੇ ਤੁਹਾਨੂੰ ਤਾਂ PR ਮਿਲਦੀ ਹੈ, ਪਾਸਪੋਰਟ ਵਾਸਤੇ ਐਲੀਜੀਬਲ ਹੁੰਦੇ ਹੋ, ਉਹ ਵੀ ਗ੍ਰੀਕ ਲੈਂਗੁਏਜ ਆਉਣੀ ਚਾਹੀਦੀ ਹੈ। ਠੀਕ ਹੈ, ਜੇ ਜੋ 5 ਸਾਲ ਗ੍ਰੀਸ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਲੈਂਦੇ ਹੋ, ਗ੍ਰੀਕ ਲੈਂਗੁਏਜ ਆਉਂਦੀ ਹੈ, ਤਾਂ ਤੁਸੀਂ ਇੱਥੇ ਐਪੀ ਮੈਕਰੋਨ ਕਾਰਡ ਅਪਲਾਈ ਕਰ ਸਕਦੇ ਹੋ, ਜਿਹਨੂੰ ਆਪਾਂ ਯੂਰੋਪੀਅਨ ਸਿਟੀਜਨ ਕਹਿ ਸਕਦੇ ਹਾਂ। ਫਿਰ ਪੂਰੇ ਕਿਸੇ ਵੀ ਸ਼ੈਂਜਨ ਜ਼ੋਨ ਦੇ ਵਿੱਚ ਜਾ ਕੇ ਤੁਸੀਂ ਜੋਬ ਕਰ ਸਕਦੇ ਹੋ, ਇੰਪਲੋਇਰ ਲੱਭ ਕੇ। ਆਈ ਹੋਪ ਇਹਦੀ ਕੋਈ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ। ਅਗਰ ਤੁਹਾਡਾ ਕੋਈ ਕੁਐਸਚਨ ਹੈਗਾ, ਪਲੀਜ਼ ਵੀਡੀਓ ਥੱਲੇ ਕਮੈਂਟ ਕਰਕੇ ਪੁੱਛ ਲਓ। ਇੱਦਾਂ ਹੀ ਮੈਂ ਤੁਹਾਨੂੰ ਚੰਗੀ ਇਨਫੋਰਮੇਸ਼ਨ ਜਿਹੜੀ ਹਮੇਸ਼ਾ ਪ੍ਰੋਵਾਈਡ ਕਰਦਾ ਰਹਾਂਗਾ ਮਿਸਟਰ ਸਿੰਘ ਚੈਨਲ ਨੂੰ, ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ, ਆਪਣੇ ਫੈਮਿਲੀ ਮੈਂਬਰਸ ਨਾਲ ਹਮੇਸ਼ਾ ਸ਼ੇਅਰ ਕਰ ਦੇਣਾ ਵੀਡੀਓ ਨੂੰ, ਤਾਂ ਕਿ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲ ਜੇ ਜੇ ਆਪਣੇ ਬੱਚੇ ਨੂੰ ਗ੍ਰੀਸ ਭੇਜਣਾ ਚਾਹੁੰਦੇ ਹੋ। ਤਾਂ ਮਿਲਦੇ ਹਾਂ ਨੈਕਸਟ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।